हमें और ढंग भी आते हैं आपको यहाँ बुलाने के लिए, या हम खुद ले आएंगे। NIA ਨੂੰ ਅਸੀਂ ਚੈਲੰਜ ਕਰਦੇ ਆ, ਮੈਂ ਦੁਬਾਰਾ ਚੈਲੰਜ ਕਰਦਾ, ਮੈਂ ਉਹਨਾਂ ਨੂੰ ਅੱਜ ਵੀ ਕਿਹਾ ਸੀ, ਯੂ نو ਮੈਂ ਅੱਜ ਉਹਨਾਂ ਨੂੰ ਕਿਹਾ ਸੀ ਵੀ ਜੇ ਮੇਰੇ ਖਿਲਾਫ ਜਿਹੜੀਆਂ ਐਲੀਗੇਸ਼ਨਸ ਆ ਨਾ, ਜੇ ਕੋਈ ਆਧਾਰ ਆ ਉਹਦਾ, ਤਾਂ ਉਹਨੂੰ ਜਨਤਕ ਕਰੋ ਤੁਸੀਂ। ਮੈਂ ਉਹਨੂੰ ਕਿਹਾ ਪਬਲਿਕਲੀ ਉਹਨੂੰ ਲੈ ਕੇ ਸਾਹਮਣੇ ਆਓ ਨਾ, ਫਿਰ ਤੁਸੀਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੋ, ਮੈਂ ਤੁਹਾਡੀ ਇਨਵੈਸਟੀਗੇਸ਼ਨ ਤੋਂ ਤਾਂ ਭੱਜ ਹੀ ਨਹੀਂ ਰਿਹਾ। NIA ਯਾਨੀ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਦੀਪ ਸਿੱਧੂ ਨੂੰ ਹਾਲ ਦੇ ਵਿੱਚ ਸਾਹਮਣੇ ਭੇਜੀ ਗਈ ਸੀ, ਜਿਸ ਤੋਂ ਬਾਅਦ ਉਹਨਾਂ ਦੀ 17 ਤਰੀਕ ਨੂੰ ਪੇਸ਼ੀ ਸੀ, ਪਰ ਦੀਪ ਸਿੱਧੂ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਦੀਪ ਸਿੱਧੂ ਨੇ ਹਾਲ ਦੇ ਵਿੱਚ ਆਪਣੀ ਇੱਕ ਵੀਡੀਓ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਦੀਪ ਸਿੱਧੂ ਦਾ ਕਹਿਣਾ ਹੈ ਕਿ ਸਰਕਾਰ ਆਪਣੀਆਂ ਚਾਲਾਂ ਚੱਲ ਰਹੀ ਹੈ, ਉਹ ਸਾਡਾ ਏਕਾ ਤੋੜਨਾ ਚਾਹੁੰਦੀ ਹੈ। NIA ਕੋਲ ਸ਼ਾਮਲ ਨਾ ਹੋਣ ਤੋਂ ਬਾਅਦ ਦੀਪ ਸਿੱਧੂ ਦਾ ਆਪਣੀ ਇਸ ਵੀਡੀਓ ਦੇ ਵਿੱਚ ਇਹ ਵੀ ਕਹਿਣਾ ਹੈ ਕਿ ਉਹਨਾਂ ਨੂੰ ਧਮਕੀ ਭਰੇ ਕਾਲ ਆ ਰਹੇ ਨੇ। ਹੋਰ ਕੀ ਕਿਹਾ ਹੈ ਆਪਣੀ ਇਸ ਵੀਡੀਓ ਦੇ ਵਿੱਚ ਦੀਪ ਸਿੱਧੂ ਨੇ, ਆਓ ਫਿਰ ਤੁਹਾਨੂੰ ਵੀ ਦਿਖਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਪਾਸੋਂ ਪੱਛੋਂ ਚੱਲ ਰਹੀ ਹੈ ਅਤੇ ਇੱਕ ਪਾਸੇ ਧੂੰਆਂ ਆ ਰਿਹਾ। ਸੋ ਬੈਠੇ ਹਾਂ ਧਰਨੇ 'ਚ, ਚੜ੍ਹਦੀ ਕਲਾ 'ਚ ਹਾਂ, ਪਰ ਦੋ ਚਾਰ ਗੱਲਾਂ ਕਰਨੀਆਂ ਬੜੀਆਂ ਜ਼ਰੂਰੀ ਸੀ ਸੰਗਤ ਨਾਲ, ਜੋ ਅੱਜ ਮੇਰੇ ਨਾਲ ਵਾਪਰਿਆ। ਅੱਜ ਮੈਨੂੰ ਜਿਹੜਾ ਸਾਹਮਣ ਆਏ ਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ, ਉਹਦੀ ਤਰੀਕ ਸੀ ਅਤੇ ਮੈਨੂੰ 17 ਤਰੀਕ ਨੂੰ ਉਹਨਾਂ ਨੇ ਬੁਲਾਇਆ ਸੀ, ਮੈਂ ਨਹੀਂ ਗਿਆ। ਫਿਰ ਉਹਨਾਂ ਦੇ ਕਿਸੇ ਇੰਸਪੈਕਟਰ ਦਾ ਫੋਨ ਆਇਆ ਅਤੇ ਇੰਸਪੈਕਟਰ ਬੜਾ ਪੁੱਠਾ ਬੋਲਿਆ। ਸੋ ਮੈਨੂੰ ਕਹਿੰਦਾ ਵੀ ਤੁਹਾਨੂੰ ਅੱਜ ਸਾਹਮਣ ਭੇਜੇ ਸੀ ਅਤੇ ਤੁਸੀਂ ਆਏ ਕਿਉਂ ਨਹੀਂ? ਅਤੇ ਮੈਂ ਉਹਨੂੰ ਕਿਹਾ ਜੀ ਮੈਨੂੰ ਟਾਈਮ ਹੀ ਨਹੀਂ ਦਿੱਤਾ, ਤੁਸੀਂ ਅਸੀਂ ਧਰਨੇ 'ਚ ਬੈਠੇ ਹਾਂ, ਮੋਰਚੇ 'ਚ ਬੈਠੇ ਹਾਂ, ਇੱਥੇ 16 ਤਰੀਕ ਨੂੰ ਤੁਸੀਂ ਵਟਸਐਪ 'ਤੇ ਸਾਹਮਣ ਭੇਜਦੇ ਹੋ ਅਤੇ 17 ਤਰੀਕ ਨੂੰ ਕਹਿੰਦੇ ਹੋ ਵੀ ਤੁਹਾਡੇ ਕੋਲ ਆ ਕੇ ਹਾਜ਼ਰੀ ਭਰਾਂ, ਅਤੇ ਮੈਂ ਤੁਹਾਡਾ ਬੰਨਿਆ ਤਾਂ ਨਹੀਂ ਹਾਂ, ਸਾਡੀ ਆਪਦੀ ਜ਼ਿੰਦਗੀ ਹੁੰਦੀ ਆ, ਕੋਈ ਮਸਰੂਫੀਅਤ ਹੁੰਦੀ ਆ, ਆਪਦੇ ਆਪਦੇ ਕੰਮਾਂ 'ਚ ਬਿਜ਼ੀ ਹਾਂ ਅਸੀਂ। ਪਰ ਐਨੀਵੇਜ਼ ਉਹ ਮੁੜ ਕੇ ਪੁੱਠਾ ਬੋਲਣਾ ਸ਼ੁਰੂ ਹੋ ਗਿਆ, ਕਹਿੰਦਾ ਕੋਈ ਨਹੀਂ, ਫਿਰ ਹਮੇਂ ਔਰ ਢੰਗ ਵੀ ਆਤੇ ਹੈ ਆਪਕੋ ਯਹਾਂ ਬੁਲਾਨੇ ਕੇ ਲੀਏ, ਜਾਂ ਹਮ ਖੁਦ ਲੈ ਆਏਂਗੇ। ਫਿਰ ਜਦੋਂ ਇਹ ਗੱਲ 'ਤੇ ਆਇਆ ਤਾਂ ਮੈਂ ਉਹਨਾਂ ਨੂੰ ਕਿਹਾ ਜੀ ਫਿਰ ਤੁਸੀਂ ਖੁਦ ਹੀ ਲੈ ਜਾਓ। ਪਰ ਐਨੀਵੇਜ਼ ਉਹ ਕਹਿੰਦੇ ਆਪ ਵਹਾਂ ਕਰ ਕਿਆ ਰਹੇ ਹੋ, ਕਿਉਂਕਿ ਆਪਕੇ ਜੋ ਜਥੇਬੰਦੀਆਂ ਕੇ ਆਗੂ ਹੈ ਉਨਕੀ ਸਟੇਟਮੈਂਟ ਹੈ ਵੀ ਆਪ ਤੋਂ ਉਨਕਾ ਪਾਰਟ ਹੀ ਨਹੀਂ ਹੋ, ਆਪਕੋ ਤੋਂ ਸਟੇਜ ਪੇ ਵੀ ਨਹੀਂ ਬੋਲਨੇ ਦੇ ਰਹੇ ਹੈ, ਮਤਲਬ ਇਹ ਗੱਲ ਉਹਨੇ ਕਹੀ ਮੈਨੂੰ। ਹੁਣ ਇਹ ਗੱਲ ਥੋੜ੍ਹੀ ਜੀ ਸਾਡੇ ਲਈ ਵਿਚਾਰਨਯੋਗ ਆ। ਫਿਰ ਕਹਿੰਦਾ ਵੀ ਹਮਾਰੇ ਪਾਸ ਇਸ ਸਟੇਟਮੈਂਟਸ ਹੈ ਆਪਕੇ ਆਗੂਓ ਕੀ, ਇਹ ਬੋਲ ਰਹੇ ਹਾਂ ਵੀ ਦੀਪ ਸਿੱਧੂ ਕਾ ਤਾਂ ਯਹਾਂ ਕੋਈ ਕਾਮ ਹੀ ਨਹੀਂ ਹੈ, ਵੋ ਕੋਈ ਔਰ ਮਨਸੂਬੇ ਲੈ ਕੇ ਯਹਾਂ ਬੈਠਾ ਹੈ, ਸੋ ਆਪ ਕਿਉਂ ਬੈਠੇ ਹੋ ਯਹਾਂ? ਇਹ ਜਿਹੜੀਆਂ ਸਾਰੀਆਂ ਗੱਲਾਂ ਮੇਰੇ ਨਾਲ ਹੋਈਆਂ ਨਾ, ਸੋ ਇਸ ਕਰਕੇ ਕਰਨੀਆਂ ਬੜੀਆਂ ਜ਼ਰੂਰੀ ਸੀ। ਸਰਕਾਰ ਇਹ ਗੱਲ ਕਹਿ ਰਹੀ ਆ ਵੀ ਜਥੇਬੰਦੀਆਂ ਦੇ ਆਗੂ ਮੈਨੂੰ ਡਿਸੋਨ ਕਰ ਰਹੇ ਆ, ਉਹ ਕਹਿ ਰਹੇ ਆ ਮੈਂ ਉਹਨਾਂ ਦਾ ਪਾਰਟ ਹੀ ਨਹੀਂ ਆ। ਹੁਣ ਸਰਕਾਰ ਤਾਂ ਆਪਦੀਆਂ ਚਾਲਾਂ ਚੱਲ ਰਹੀ ਆ, ਸਰਕਾਰ ਚਾਹੁੰਦੀ ਆ ਵੀ ਅਸੀਂ ਆਪਸ 'ਚ ਟੁੱਟੀਏ, ਸਰਕਾਰ ਚਾਹੁੰਦੀ ਆ ਵੀ ਅਸੀਂ ਇੱਥੇ ਜਿਹੜਾ ਸਾਡਾ ਇੱਕ ਆ ਉਹ ਟੁੱਟੇ, ਔਰ ਉਹਨਾਂ ਨੇ ਆਪਦੀਆਂ ਇਹੀ ਚਾਲਣਾ ਚੱਲਣ ਲਈ ਸਾਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਸਾਹਮਣੇ ਭੇਜੇ ਵੀ 15 ਤਰੀਕ ਦੀ FIR ਕੋਈ ਲਾਂਚ ਹੋਈ ਆ, 15 ਤਰੀਕ ਦੀ FIR ਦਰਜ ਹੋਈ ਆ, ਉਸ 15 ਤਰੀਕ ਤੋਂ ਪਹਿਲਾਂ 26 ਨਵੰਬਰ ਤੋਂ ਅਸੀਂ ਇੱਥੇ ਬੈਠੇ ਹਾਂ ਵੀ ਅਸੀਂ ਕਿਹੜੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋ ਜਾਵਾਂਗੇ? ਤੁਸੀਂ ਇਹ ਦੇਖੋ ਅੱਜ ਤੱਕ ਜੋ ਅਸੀਂ ਗੱਲ ਕੀਤੀ ਆ ਸਿਰਫ ਸ਼ਬਦਾਂ ਦੀ ਗੱਲ ਹੀ ਕੀਤੀ ਆ ਨਾ, ਅਸੀਂ ਆਪਦੀ ਆਵਾਜ਼ ਹੀ ਬੁਲੰਦ ਕੀਤੀ ਆ ਆਪਦੇ ਹੱਕ ਲੈਣ ਖਾਤਰ। ਸੋ ਅੱਜ ਸਰਕਾਰ ਨੇ ਮੈਨੂੰ ਇਹ ਗੱਲ ਕਹੀ ਵੀ ਜਥੇਬੰਦੀਆਂ ਦੇ ਆਗੂ ਸਾਨੂੰ ਇਹ ਕਹਿ ਰਹੇ ਆ ਵੀ ਦੀਪ ਸਿੱਧੂ ਤਾਂ ਉਹਨਾਂ ਦਾ ਪਾਰਟ ਹੀ ਨਹੀਂ ਆ, ਅਸੀਂ ਤਾਂ ਉਹਨੂੰ ਸਟੇਜ ਤੋਂ ਵੀ ਨਹੀਂ ਬੋਲਣ ਦਿੰਦੇ, ਉਹ ਇੱਥੇ ਹੋਰ ਮਨਸੂਬੇ ਆਪਦੇ ਪੂਰੇ ਕਰ ਰਿਹਾ। ਸੋ ਸਰਕਾਰ ਇੱਥੋਂ ਤੱਕ ਆ ਗਈ ਸਾਡੇ ਵਿਰੁੱਧ। ਹੁਣ ਮੈਂ ਇੱਕ ਗੱਲ ਪਹਿਲਾਂ ਤਾਂ ਇਹ ਕਹਿਣਾ ਚਾਹੁੰਦਾ ਵੀ ਇਹੀ ਗੱਲਾਂ ਇੱਧਰੋਂ ਸੋਰੀ ਧੂੰਆਂ ਬਹੁਤ ਆ ਰਿਹਾ, ਇਹੀ ਗੱਲਾਂ ਸਰਕਾਰ ਦੀਆਂ ਹੋਰ ਬੰਦਿਆਂ ਤਾਈਂ ਵੀ ਜਾਣਗੀਆਂ, ਅਤੇ ਤੁਸੀਂ ਉਹਨਾਂ ਦੀਆਂ ਗੱਲਾਂ 'ਚ ਨਾ ਆਓ, ਉਹਨਾਂ ਦੀਆਂ ਗੱਲਾਂ 'ਚ ਜਾਂ ਉਸ ਗੱਲ ਨੂੰ ਜੋ ਧਿਰ ਕਹਿ ਰਹੀ ਆ ਸੱਚ ਮੰਨ ਕੇ, ਇੱਥੇ ਆਪਾਂ ਕੋਈ ਪਾੜਾ ਨਹੀਂ ਪਾਉਣਾ ਆਪਸ 'ਚ, ਆਪਸ 'ਚ ਆਪਾਂ ਇੱਕ ਹੀ ਰਹਿਣਾ ਅਤੇ ਇਸ ਏਕੇ ਨੂੰ ਬਣਾਏ ਰੱਖਣਾ। ਪਰ ਅਗਲੀ ਗੱਲ ਜਿਹੜੀ ਬਹੁਤ ਜ਼ਰੂਰਤ ਆ ਸਾਨੂੰ ਕਰਨ ਦੀ ਅਤੇ ਸਾਡੇ ਆਗੂ ਸਾਹਿਬਾਨਾਂ ਨਾਲ ਇਹ ਗੱਲ ਕਰਨ ਦੀ, ਵੀ ਮੈਂ ਤੁਹਾਨੂੰ ਇੱਕ ਫਿਰ ਇਹ ਗੱਲ ਕਹਿਣੀ ਚਾਹੁੰਦਾ, ਸਾਡੇ ਸਿਧਾਂਤਕ ਵਖਰੇਵੇਂ ਹੋ ਸਕਦੇ ਆ, ਤੁਸੀਂ ਸਮੇਂ ਸਮੇਂ ਤੋਂ ਪਬਲਿਕਲੀ ਇਹ ਗੱਲ ਕਹੀ ਵੀ ਦੀਪ ਸਿੱਧੂ
RSS ਦਾ ਬੰਦਾ ਦੀਪ ਸਿੱਧੂ ਬੀਜੇਪੀ ਦਾ ਬੰਦਾ ਇਹ ਗੱਲ ਕਹਿਣੀ ਬੜੀ ਸੌਖੀ ਹੁੰਦੀ ਆ ਕਿਉਂਕਿ ਇਹ ਬੜਾ ਸੌਖਾ ਜਿਹਾ ਕੰਮ ਆ ਉਸ ਵੇਲੇ ਜਦੋਂ ਸਿਧਾਂਤਕ ਵਖਰੇਵੇਂ ਹੋਣ ਤੇ ਅਸੀਂ ਉਹਨਾਂ ਸਿਧਾਂਤਕ ਵਖਰੇਵਿਆਂ ਨੂੰ ਨਜਿੱਠਣਾ ਨਾ ਹੋਵੇ ਬਿਨਾਂ ਨਜਿੱਠਣ ਦੀ ਵਜ੍ਹਾ ਜਾਂ ਉਹਦੇ ਜਗ੍ਹਾ ਨਜਿੱਠਣ ਦੀ ਜਗ੍ਹਾ ਅਸੀਂ ਇਹ ਗੱਲ ਕਹਿ ਦਈਏ ਵੀ ਫਲਾਨਾ ਬੰਦਾ ਤਾਂ ਦੁਸ਼ਮਣ ਦਾ ਬੰਦਾ ਔਰ ਇਹ ਪੁਰਾਣੇ ਸਮਿਆਂ 'ਚ ਇਹੀ ਗੱਲਾਂ ਅਸੀਂ ਕਰਦੇ ਆਏ ਹਾਂ ਪਰ ਹੁਣ ਨਾ ਕਰੀਏ ਹੁਣ ਅਸੀਂ ਇਕੱਠੇ ਰਹੀਏ ਇਹੀ ਗੱਲਾਂ ਕਰਕੇ ਪਹਿਲਾਂ ਜਿਹੜੀਆਂ ਸਾਡੇ ਜਿੰਨੇ ਜਿੰਨੇ ਮੋਰਚੇ ਲੱਗੇ ਆ ਉੱਥੇ ਜਦੋਂ ਸਿਧਾਂਤਕ ਵਖਰੇਵੇਂ ਕਿੱਥੇ ਸ਼ੁਰੂ ਹੁੰਦੇ ਆ ਅਤੇ ਆਮ ਤੌਰ 'ਤੇ ਜਿਹੜੀ ਧਿਰ ਲੀਡ ਕਰ ਰਹੀ ਹੁੰਦੀ ਆ ਉਹ ਦੂਜਿਆਂ ਨੂੰ ਇਹੀ ਕਹਿ ਦਿੰਦੀ ਆ ਵੀ ਇਹ ਤਾਂ ਦੁਸ਼ਮਣ ਦਾ ਬੰਦਾ ਜਾਂ ਇਹ ਤਾਂ ਦੋ ਫਾੜ ਕਰ ਰਿਹਾ ਸੋ ਇੱਥੇ ਇਹੋ ਜਿਹੀ ਗੱਲ ਆਪਾਂ ਨਹੀਂ ਲੈ ਕੇ ਆਉਣੀ ਇਹ ਸਾਨੂੰ ਆਪਸ 'ਚ ਵੀ ਸਾਨੂੰ ਸਮਝਣ ਦੀ ਜ਼ਰੂਰਤ ਆ ਅਤੇ ਸਾਨੂੰ ਇਹ ਗੱਲ ਵੀ ਸਮਝਣ ਦੀ ਜ਼ਰੂਰਤ ਆ ਵੀ ਇਹੀ ਗੱਲ ਦਾ ਫਾਇਦਾ ਸਰਕਾਰ ਚੱਕੂਗੀ ਇਹੀ ਗੱਲ ਦਾ ਫਾਇਦਾ ਸਰਕਾਰ ਚੱਕ ਕੇ ਸਾਡੇ ਨਾਲ ਵਾਰ ਵਾਰ ਕਰੂਗੀ ਅੱਜ ਮੈਨੂੰ ਵੀ ਗੱਲ ਇਹ ਤਾਂ ਦੱਸੀ ਗਈ ਆ ਦੇਖੋ ਦੂਜਾ ਮੇਰਾ ਰਿਐਕਸ਼ਨ ਵੀ ਹੋ ਸਕਦਾ ਸੀ ਵੀ ਮੈਂ ਆਪਦਾ ਅਟੈਕ ਸ਼ੁਰੂ ਕਰ ਦਿੰਦਾ ਵੀ ਮੇਰੇ ਆਗੂ ਤਾਂ ਇਹ ਗੱਲ ਕਹਿ ਰਹੇ ਆ ਵੀ ਮੈਂ ਤਾਂ ਉਹਨਾਂ ਦਾ ਪਾਰਟ ਹੀ ਨਹੀਂ ਹਾਂ ਤਾਂ ਮੈਂ ਇੱਥੇ ਕੀ ਕਰੀ ਜਾਂਦਾ ਸੋ ਇੱਥੇ ਸਾਨੂੰ ਸੁਹਿਰਦਤਾ ਨਾਲ ਗੱਲਾਂ ਨੂੰ ਸਮਝਣਾ ਪਊਗਾ ਓਨੀ ਸੁਹਿਰਦਤਾ ਨਾਲ ਉਹਨਾਂ ਗੱਲਾਂ ਨਾਲ ਡੀਲ ਕਰਨਾ ਪਊਗਾ ਔਰ ਜੇ NIA ਨੂੰ ਅਸੀਂ ਚੈਲੇਂਜ ਕਰਦੇ ਹਾਂ ਮੈਂ ਦੁਬਾਰਾ ਚੈਲੇਂਜ ਕਰਦਾ ਮੈਂ ਉਹਨਾਂ ਨੂੰ ਅੱਜ ਵੀ ਕਿਹਾ ਸੀ ਯੂਨੋ ਮੈਂ ਅੱਜ ਉਹਨਾਂ ਨੂੰ ਕਿਹਾ ਸੀ ਵੀ ਜੇ ਮੇਰੇ ਖਿਲਾਫ ਜਿਹੜੀਆਂ ਐਲੀਗੇਸ਼ਨਸ ਆ ਨਾ ਜੇ ਕੋਈ ਆਧਾਰ ਆ ਉਹਦਾ ਤਾਂ ਉਹਨੂੰ ਜਨਤਕ ਕਰੋ ਤੁਸੀਂ ਮੈਂ ਉਹਨੂੰ ਕਿਹਾ ਪਬਲਿਕਲੀ ਉਹਨੂੰ ਲੈ ਕੇ ਸਾਹਮਣੇ ਆਓ ਨਾ ਫਿਰ ਤੁਸੀਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੋ ਮੈਂ ਤੁਹਾਡੀ ਇਨਵੈਸਟੀਗੇਸ਼ਨ ਤੋਂ ਤਾਂ ਭੱਜ ਹੀ ਨਹੀਂ ਰਿਹਾ ਔਰ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਹੁਣ ਤੁਸੀਂ ਉਹਨੂੰ ਪਬਲਿਕਲੀ ਲੈ ਕੇ ਸਾਹਮਣੇ ਆਓ ਜਾਂ ਉਹਨੂੰ ਤੁਸੀਂ ਰਿਟਨ 'ਚ ਮੇਰੇ ਕੋਲ ਕੋਈ ਭੇਜੋ ਆਧਾਰ ਆ ਤਾਂ ਅਤੇ ਮੈਂ ਉਹਦੀ ਰਿਪਲਾਈ ਬਣਾ ਕੇ ਭੇਜੂੰਗਾ ਤੁਸੀਂ ਐਂ ਮੈਨੂੰ ਕਹੋਗੇ ਵੀ ਆ ਜਾ ਦਿੱਲੀ ਅਤੇ 17 ਤਰੀਕ ਨੂੰ ਤੂੰ ਆਇਆ ਨਹੀਂ ਤਾਂ ਤੈਨੂੰ ਚੱਕ ਲਾਂਗੇ ਹੁਣ ਐਂ ਕਰੋ ਤੁਸੀਂ ਚੱਕ ਕੇ ਹੀ ਦਿਖਾ ਦਿਉ ਫਿਰ ਤਾਂ ਲੜਾਈ ਆਪਾਂ ਸਿੰਘ ਫਸਾਲੇ ਆ ਫਿਰ ਸਿੱਧਾ ਹੀ ਚੱਲਣ ਦਿਉ ਸੋ ਇਹੀ ਗੱਲ ਹੋਰ ਵੀ ਜਿਹੜੇ ਕੁਛ ਬੰਦੇ ਸਾਡੇ ਪੇਸ਼ ਵੀ ਹੋਏ ਆ ਅੱਜ ਅਤੇ ਉਹ ਮੈਨੂੰ ਇਹ ਪਤਾ ਲੱਗਿਆ ਵੀ ਉਹਨਾਂ ਨੂੰ 2-3 ਘੰਟੇ ਗ੍ਰਿਲ ਕਰਦੇ ਆ ਬੜਾ ਕਨਫਿਊਜ਼ ਕਰਦੇ ਆ ਔਰ ਉਦੋਂ ਬਾਅਦ ਉਹਨਾਂ ਨੂੰ ਡਰਾਉਂਦੇ ਆ ਵੀ ਇਸ ਐਜੂਟੇਸ਼ਨ ਦਾ ਤੁਸੀਂ ਪਾਰਟ ਨਾ ਬਣੋ ਹੁਣ ਮਿੱਤਰੋ ਗੱਲ ਐਂ ਆ ਵੀ ਲਕੀਰ ਖਿੱਚੀ ਗਈ ਲਕੀਰ ਜਾਂ ਟੱਪਣੀ ਪੈਣੀ ਆ ਜੇ ਟੱਪਾਂਗੇ ਤਾਂ ਬਚਾਂਗੇ ਜੇ ਲਕੀਰ ਦੇ ਪਿੱਛੇ ਖੜ੍ਹੇ ਰਹਾਂਗੇ ਫਿਰ ਪੰਜਾਬ ਹੀ ਬਹਿ ਜਾਂਦੇ ਸੋ ਇਸ ਕਰਕੇ ਅੱਜ ਜੋ ਮੌਕਾ ਬਣ ਗਿਆ ਨਾ ਹੁਣ ਮੌਕਾ ਬਣ ਗਿਆ ਸਾਡੇ 'ਤੇ ਬੜੀਆਂ ਸਾਜ਼ਿਸ਼ਾਂ ਹੋਣਗੀਆਂ ਬੜੇ ਹੋਰ ਜੋ ਇਹਨਾਂ ਦੇ ਪੈਂਤੜੇ ਆ ਪੁਰਾਣੇ ਪੈਂਤੜੇ ਆ ਉਸ ਢੰਗ ਨਾਲ ਸਾਡੇ 'ਤੇ ਵਾਰ ਵੀ ਹੋਣਗੇ ਅਸੀਂ ਉਹਨਾਂ ਸਾਜ਼ਿਸ਼ਾਂ ਨੂੰ ਜਾਂ ਉਸ ਢੰਗ ਜੋ ਪੈਂਤੜਿਆਂ ਨੂੰ ਇਹਨਾਂ ਨਾਲ ਵੀ ਨਜਿੱਠਣਾ ਪਊਗਾ ਨਜਿੱਠਣਾ ਤਾਂ ਇੱਕ ਵਾਰੀ ਪਊਗਾ ਅਤੇ ਨਜਿੱਠ ਤਾਂ ਹੀ ਸਕਦੇ ਹਾਂ ਜੇ ਅਸੀਂ ਇਕੱਠੇ ਰਹੀਏ ਤਾਂ ਸੋ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਬਾਕੀ ਧੂੰਆਂ ਬੜਾ ਆਈ ਜਾਂਦਾ ਇੱਧਰੋਂ ਅਤੇ ਤਾਂ ਹੀ ਖੜ੍ਹੇ ਹੋ ਅੱਜ ਮਾਤਾ ਇੱਥੇ ਨਾਲ ਖੜ੍ਹੇ ਆ ਮੇਰੇ ਇੱਧਰ ਨੂੰ ਮਾੜਾ ਜਿਹਾ ਕਰੀ ਅਤੇ ਧੂੰਆਂ ਹੀ ਕਵਰ ਕਰੀ ਜਾਂਦੇ ਆ ਅਤੇ ਹੁਣੇ ਰੋਟੀਆਂ ਬਣਾ ਕੇ ਹਟੇ ਸੀ ਅਤੇ ਦੇਖੋ ਤੁਸੀਂ ਜਿਸ ਜੋ ਹਿਸਾਬ ਦਾ ਜਜ਼ਬਾ ਇੱਥੇ ਸਾਡੀ ਸਾਰੇ ਬਾਕੀ ਫੌਜਾਂ ਖੜ੍ਹੀਆਂ ਅਤੇ ਇਹ ਬਾਕਮਾਲ ਆ ਪਰਮਾਤਮਾ ਆਪ ਅੰਗ ਸੰਗ ਸਹਾਈ ਆ ਜਿਵੇਂ ਕਹਿੰਦੇ ਆ ਹੈ ਨਾ ਸੋ ਜਿਉਂਦੇ ਵਸਦੇ ਰਹੋ ਹੱਸਦੇ ਖੇਡਦੇ ਰਹੋ ਗੱਲਾਂ ਹੋਰ ਵੀ ਕੁਛ ਕਰਨੀਆਂ ਸੀ ਪਰ ਹੁਣ ਆਪਾਂ ਕੱਲ੍ਹ ਕਰਾਂਗੇ ਕਿਉਂਕਿ ਰਾਤ ਬਹੁਤ ਹੋ ਗਈ ਆ ਅਤੇ ਸਾਰੇ ਅਸੀਂ ਇੱਥੇ ਇਕੱਠੇ ਖੜ੍ਹੇ ਹਾਂ ਅਤੇ ਹੁਣ ਸੌਣ ਦਾ ਵੀ ਟਾਈਮ ਹੋ ਗਿਆ ਇਹਨਾਂ ਦਾ ਮੇਰਾ ਤਾਂ ਰਾਤ ਨੂੰ ਪਹਿਰਾ ਹੀ ਹੁੰਦਾ ਸਵੇਰੇ ਹੀ ਸੌਂਦਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਹੁਤ ਸਾਰਾ ਹਾਂ ਬਹੁਤ ਸਾਰਾ ਸਤਿਕਾਰ ਅਤੇ ਪਿਆਰ ਸਤਿ ਸ਼੍ਰੀ ਅਕਾਲ ਜੀ।